ਉਹਨਾਂ ਦੀ ਸੋਚ ਹੁੰਦੀ ਹੈ ਕਿ ਪਿੰਡ ਨੂੰ ਅਸੀਂ ਕਿਵੇਂ ਬਿਮਾਰੀਆਂ ਤੋਂ ਜਾਂ ਸਫਾਈ ਦੇ ਪ੍ਰਤੀ ਲਾ ਲਓ ਜਾਂ ਕਿੱਦਾਂ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ। ਸੰਸਥਾ ਤਾਂ ਇਹਦੇ ਵਿੱਚ ਪਿੰਡ ਨੂੰ ਪਲਾਸਟਿਕ ਤੋਂ ਮੁਕਤ ਕਰਨ ਵਾਸਤੇ ਕੰਮ ਕਰ ਰਹੀ ਹੈ, ਪਲਾਸਟਿਕ ਦੇ ਬਦਲੇ ਗੁੜ ਬਣ ਰਹੀ ਹੈ। ਬਠਿੰਡਾ ਦੇ ਪਿੰਡ ਬੱਲੋ ਦੀ ਸੁਸਾਇਟੀ ਵੱਲੋਂ ਲੋਕਾਂ ਨੂੰ ਪਲਾਸਟਿਕ ਇਕੱਠਾ ਕਰਕੇ ਉਹਦੇ ਬਦਲੇ 'ਚ ਗੁੜ ਦਿੱਤਾ ਜਾਂਦਾ ਹੈ। ਪਿਛਲੇ ਕਰੀਬ 1.5 ਸਾਲ ਤੋਂ ਗੁਰਬਚਨ ਸਿੰਘ ਸੇਵਾ ਸੁਸਾਇਟੀ ਇਹ ਕੰਮ ਕਰ ਰਹੀ ਹੈ। ਹੁਣ ਤੱਕ ਪਲਾਸਟਿਕ ਦੇ ਬਦਲੇ ਲਗਭਗ 400 ਕਿਲੋ ਤੋਂ ਜ਼ਿਆਦਾ ਗੁੜ ਸੁਸਾਇਟੀ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ। ਗੁਰਬਚਨ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਦੱਸਿਆ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਪੰਜਾਬ ਸਰਕਾਰ ਨੇ ਉਹਦੇ ਪਿੰਡ ਵਿੱਚ ਲਗਾਉਣ ਦਾ ਫੈਸਲਾ ਲਿਆ ਹੈ, ਪਰ ਪਲਾਸਟਿਕ ਲੋਕਾਂ ਨੂੰ ਲੈ ਕੇ ਉਹਨਾਂ ਨੇ ਗੁੜ ਦੇਣ ਦਾ ਕੰਮ ਸੁਸਾਇਟੀ ਆਪਣੇ ਲੈਵਲ 'ਤੇ ਕਰ ਰਹੀ ਹੈ। ਸੁਸਾਇਟੀ ਦੇ ਵੱਲੋਂ ਇਕੱਠਾ ਕੀਤਾ ਗਿਆ ਪਲਾਸਟਿਕ ਵੇਸਟ ਮੈਨੇਜਮੈਂਟ ਪਲਾਂਟ ਨੂੰ ਸੌਂਪ ਦਿੱਤਾ ਜਾਏਗਾ। ਇਸ ਵਿੱਚ ਲੋਕਾਂ ਤੋਂ ਵੈਸਟ ਪਲਾਸਟਿਕ ਬੋਤਲ, ਲਿਫਾਫੇ, ਟੁੱਟਾ ਫੁੱਟਾ ਪਲਾਸਟਿਕ ਲਿਆ ਜਾਂਦਾ ਹੈ ਅਤੇ ਉਸਦੇ ਬਦਲੇ ਉਹਨਾਂ ਨੂੰ ਗੁੜ ਦਿੱਤਾ ਜਾਂਦਾ ਹੈ। ਲੋਕ ਜਿੰਨਾ ਪਲਾਸਟਿਕ ਲੈ ਕੇ ਆਉਂਦੇ ਨੇ ਉਹਨਾਂ ਪਲਾਸਟਿਕ ਦੇ ਹਿਸਾਬ ਨਾਲ ਵਜ਼ਨ ਕਰਕੇ ਉਹਨਾਂ ਹੀ ਗੁੜ ਦਿੱਤਾ ਜਾਂਦਾ ਹੈ। ਕੀ ਨਾਮ ਹੈ? ਮੇਰਾ ਨਾਮ ਕਰਮਜੀਤ ਸਿੰਘ ਜੀ, ਬਤੌਰ ਮੈਂ ਸੇਵਾ ਸੰਸਥਾ ਦਾ ਪ੍ਰਧਾਨ ਹਾਂ ਜੀ। ਅੱਛਾ, ਇਹ ਜੋ ਪ੍ਰੋਜੈਕਟ ਲੱਗਣ ਜਾ ਰਿਹਾ, ਕੀ ਹੈ ਇਹਦੇ ਵਿੱਚ ਸੇਵਾ ਸੁਸਾਇਟੀ ਕੀ ਕੁਝ ਕੰਮ ਕਰ ਰਹੀ ਹੈ? ਨਹੀਂ, ਇਹ ਸਰਕਾਰ ਵੱਲੋਂ ਜਾਣੀ ਮੁਹੱਈਆ ਕਰਾਏ ਗਏ ਨੇ, ਪੰਜ ਪਿੰਡਾਂ ਦੇ ਪ੍ਰੋਜੈਕਟ ਨੇਗੇ। ਅਤੇ ਸੰਸਥਾ ਤਾਂ ਇਹਦੇ ਵਿੱਚ ਪਿੰਡ ਨੂੰ ਪਲਾਸਟਿਕ ਤੋਂ ਮੁਕਤ ਕਰਨ ਵਾਸਤੇ ਕੰਮ ਕਰ ਰਹੀ ਹੈ, ਪਲਾਸਟਿਕ ਦੇ ਬਦਲੇ ਗੁੜ ਵੰਡ ਰਹੀ ਹੈਗੀ। ਕਿੰਨਾ ਕੁ ਪਲਾਸਟਿਕ ਲਿਆਉਂਦੇ ਸਰ, ਕਿੰਨਾ ਗੁੜ ਦੇ? ਉਹ ਮੰਨ ਲਓ ਵੀ ਪਲਾਸਟਿਕ ਵਿੱਚ ਵਿੱਚ ਤਾਂ ਅਸੀਂ ਇਹ ਦੇਖਿਆ ਵੀ 30-30 ਕਿਲੋ ਪਲਾਸਟਿਕ ਵੀ ਲਿਆਂਦਾ ਗਿਆ, 30 ਕਿਲੋ ਗੁੜ ਲੈ ਗਏ ਨੇਗੇ। ਅਤੇ 4 ਕੁਇੰਟਲ ਪਲਾਸਟਿਕ ਇਕੱਠਾ ਹੋਇਆ ਅਤੇ 4 ਕੁਇੰਟਲ ਅਸੀਂ ਗੁੜ ਵੰਡਤਾ। ਕਿਵੇਂ ਫਿਰ ਆਈਡੀਆ, ਕਿਵੇਂ ਵੀ ਇਹ ਆਈਡੀਆ ਜੀ? ਸਾਡੇ ਸਲਾਹਕਾਰ ਨੇਗੇ ਭੁਪਿੰਦਰ ਸਿੰਘ ਜੀ ਟਾਣਾ, ਪਰਮਜੀਤ ਸਿੰਘ ਜੀ ਭੁੱਲਰ, ਉਹ ਸਾਨੂੰ ਇਹੋ ਜਿਹੀਆਂ ਸਲਾਹਾਂ ਦਿੰਦੇ ਨੇ। ਉਹਨਾਂ ਦਾ ਸਾਨੂੰ ਇੰਨਾ ਕੁ ਸਹਿਯੋਗ ਹੈ, ਜਿਵੇਂ ਕਹਿੰਦੇ ਹੁੰਦੇ ਆ ਵੀ ਸਾਨੂੰ ਉਂਗਲ ਫੜ ਕੇ ਚਲਾਉਣ ਦਾ ਕੰਮ ਉਹ ਦੋਨੇ ਕਰ ਰਹੇ ਨੇ। ਇਹਦਾ ਮਕਸਦ ਇਹ ਹੈ ਜੀ ਵੀ ਪਿੰਡ ਨੂੰ ਇੱਕ ਤਾਂ ਬਿਮਾਰੀਆਂ ਤੋਂ ਮੁਕਤ ਕੀਤਾ ਜਾਵੇ, ਇੱਕ ਜਿਵੇਂ ਆਪਣੇ ਸੀਵਰੇਜ ਵਗੈਰਾ ਬਲੌਕ ਹੋ ਜਾਂਦੇ ਨੇਗੇ, ਪਾਣੀ ਦੀ ਸਮੱਸਿਆ ਬਹੁਤ ਆ ਜਾਂਦੀ ਹੈ, ਬਰਸਾਤਾਂ ਦਾ ਟਾਈਮ ਹੁੰਦਾ ਹੈਗਾ, ਓਵਰਫਲੋ ਹੋ ਕੇ ਜਿਹੜੇ ਆਪਣੇ ਸੀਵਰੇਜ ਹੈਗੇ ਇਹ ਬੰਦ ਹੋ ਜਾਂਦੇ ਨੇ ਪਲਾਸਟਿਕ ਕਰਕੇ। ਪਿੰਡ ਵਾਲਿਆਂ ਨੂੰ ਕੀ ਕਿਹਾ ਹੋਇਆ? ਪਿੰਡ ਵਾਲਿਆਂ ਦਾ ਜੀ, ਪਿੰਡ ਵਾਲਿਆਂ ਨੂੰ ਇਹ ਕਿਹਾ ਵੀ ਪਲਾਸਟਿਕ ਇਕੱਠਾ ਕਰਕੇ ਲਿਆਓ ਅਤੇ ਗੁੜ ਲੈ ਜਾਓ। ਅਤੇ ਪਿੰਡ ਵਾਲਿਆਂ ਦਾ ਸਾਨੂੰ ਇੰਨਾ ਬਹੁਤ ਵਧੀਆ ਪਿਆਰ ਮਿਲਦਾ ਹੈਗਾ, ਅਸੀਂ ਜਿਹੜਾ ਵੀ ਅਸੀਂ ਸੁਨੇਹਾ ਸੰਸਥਾ ਦਿੰਦੀ ਹੈ, ਪਿੰਡ ਵਾਲੇ ਵੱਧ ਤੋਂ ਵੱਧ ਉਹਦਾ ਸਹਿਯੋਗ ਦਿੰਦੇ ਨੇ। ਸਾਡੀ ਪਿੰਡ ਦੀ ਸੰਸਥਾ ਜਿਹੜੀ ਗੁਰਬਚਨ ਸਿੰਘ ਸੇਵਾ ਸੰਸਥਾ ਸੁਸਾਇਟੀ ਵੱਲੋਂ, ਉਹ ਹਰ ਕੰਮ ਦੇ ਵਿੱਚ ਪਹਿਲਾਂ ਤੋਂ ਹੀ ਅੱਗੇ ਆ, ਪਰ ਜਿਹੜਾ ਪਲਾਸਟਿਕ ਬੇਸਡ ਮਟੀਰੀਅਲ ਉਹਨਾਂ ਨੇ ਜਿਹੜਾ ਇਹਦੇ ਬਦਲੇ ਗੁੜ ਦੇਣ ਦਾ ਫੈਸਲਾ ਕੀਤਾ ਹੈ, ਸਾਰਿਆਂ ਤੋਂ ਜ਼ਿਆਦਾ ਕਿ ਵੱਖਰਾ ਗਾ। ਬਾਕੀ ਆਸ ਪਾਸ ਦੇ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾ ਰਿਹਾ ਜਾਂ ਇਸ ਪ੍ਰਤੀ ਲੋਕ ਜਿਹੜੇ ਜਾਗਰੂਕ ਹੋ ਰਹੇ ਆ, ਪਰ ਸਾਡੀ ਸੰਸਥਾ ਇਸ ਕੰਮ 'ਚ ਹਮੇਸ਼ਾ ਮੋਹਰੀ ਰਹੀ ਆ। ਸਾਡੀ ਸੰਸਥਾ ਦੇ ਜਿਹੜੇ ਮੁੱਖ ਸਲਾਹਕਾਰ ਨੇ ਮੇਰੇ ਵੱਡੇ ਵੀਰ ਜਿਹੜੇ ਪਰਮਜੀਤ ਭੁੱਲਰ ਜੀ ਅਤੇ ਆਪਣੇ ਹੈਗੇ ਗੁਰਮੀਤ ਸਿੰਘ ਮਾਨ, ਜਿਨ੍ਹਾਂ ਨੂੰ ਤਕਰੀਬਨ ਤੱਕ ਇਹਨਾਂ ਸੰਸਥਾ ਦੇ ਵਿੱਚ ਕੰਮਾਂ ਦੇ ਵਿੱਚ ਜ਼ਿਆਦਾ ਪਹਿਲ ਉਹਨਾਂ ਦੀ ਰਹੀ ਆ। ਉਹਨਾਂ ਦੀ ਸੋਚ ਹੁੰਦੀ ਹੈ ਕਿ ਪਿੰਡ ਨੂੰ ਅਸੀਂ ਕਿਵੇਂ ਬਿਮਾਰੀਆਂ ਤੋਂ ਜਾਂ ਸਫਾਈ ਦੇ ਪ੍ਰਤੀ ਲਾ ਲਓ ਜਾਂ ਕਿੱਦਾਂ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ।
ਤਾਂ ਜਿਹੜੀ ਸਾਡੀ ਪਿੰਡ ਦੇ ਵਿੱਚ 31 ਮੈਂਬਰ ਕਮੇਟੀ ਬਣੀ ਹੋਈ ਆ, ਸਾਡੀ ਜਦੋਂ ਵੀ ਕੋਈ ਪਿੰਡ ਦੇ ਵਿੱਚ ਅਸੀਂ ਕੁਝ ਅਜਿਹਾ ਕੰਮ ਕਰਨਾ ਹੁੰਦਾ ਹੈ ਤਾਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਮੀਟਿੰਗ ਕਰਦੇ ਹਾਂ, ਅਤੇ ਮੀਟਿੰਗ 'ਚ ਫੈਸਲਾ ਲਿਆ ਜਾਂਦਾ ਕਿ ਪਿੰਡ ਦੀ ਭਲਾਈ ਲਈ ਸਾਨੂੰ ਕੀ ਕਰਨਾ ਚਾਹੀਦਾ, ਕਿਹੜੀ ਚੀਜ਼ ਦੀ ਸਾਨੂੰ ਲੋੜ ਆ, ਕਿਹੜੀ ਪਿੰਡ ਦੇ ਵਿੱਚ ਇਸ ਟਾਈਮ ਪਰੇਸ਼ਾਨੀ ਚੱਲ ਰਹੀ ਆ, ਜਾਂ ਪਲਾਸਟਿਕ ਮੁਕਤ ਵੀ ਤਾਂ ਹੀ ਕੀਤਾ ਗਿਆ। ਹਾਂਜੀ, ਇਸੇ ਕਰਕੇ ਪਲਾਸਟਿਕ ਮੁਕਤ ਕੀਤਾ ਗਿਆ ਕਿਉਂਕਿ ਆਮ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂਗੇ ਲੇਡੀਜ਼ ਹੁੰਦੀਆਂ ਨੇ ਉਹ ਕਿਤੇ ਨਾਲੀ 'ਚ ਸਿੱਟਤਾ ਕਾਗਜ਼, ਕੋਈ ਖਾ ਪੀ ਕੇ ਚੀਜ਼ ਐਵੇਂ ਸਿੱਟਤੀ, ਵਗਾਤੀ, ਰਾਹਾਂ 'ਚ ਵੀ ਉਹ ਚੀਜ਼ ਭੈੜੀ ਲੱਗਦੀ ਹੈ, ਭੈੜੀ ਲੱਗਣ ਤੋਂ ਜ਼ਿਆਦਾ ਜਿਹੜੀ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਕਿਉਂਕਿ ਉਹ ਨਾਲੀਆਂ ਦੇ ਵਿੱਚ ਜਿਹੜਾ ਸਾਰਾ ਕੂੜਾ ਕੀ ਦੇ ਰਹੇ ਹੋ ਪਲਾਸਟਿਕ ਵਾਲੇ, ਪਲਾਸਟਿਕ ਦੇ ਬਦਲੇ ਅਸੀਂ ਉਹਨਾਂ ਨੂੰ ਗੁੜ ਦੇ ਰਹੇ ਹਾਂ। ਪਹਿਲਾਂ ਸ਼ੁਰੂਆਤ ਅਸੀਂ ਖੰਡ ਤੋਂ ਕੀਤੀ ਸੀ, ਪਰ ਖੰਡ ਜਿਹੜੀ ਸਾਡੀ ਸਿਹਤ ਲਈ ਸਹੀ ਨਹੀਂ ਹੈਗੀ, ਇਸ ਕਰਕੇ ਕੀ ਆ ਅਸੀਂ ਜਿਹੜਾ ਗੁੜ ਦੇਣ ਦਾ ਫੈਸਲਾ ਕੀਤਾ। 2 ਸਾਲ ਹੋ ਗਏ ਸਾਨੂੰ ਇਹ ਕੰਮ ਕਰਦਿਆਂ ਨੂੰ, ਅੱਗੇ ਵੀ ਸਾਡੀ ਸੰਸਥਾ ਜਿਹੜਾ ਇਹ ਕੰਮ ਕਰਦੀ ਰਹੇਗੀ। ਪਿੰਡ ਦੇ ਲੋਕਾਂ ਨੂੰ ਇਹੀ ਸਾਡਾ ਮੈਸੇਜ ਆ, ਇਹੀ ਸੁਨੇਹਾ ਗਾ ਕਿ ਇਸ ਪ੍ਰਤੀ ਤੁਸੀਂ ਜਾਗਰੂਕ ਹੋਵੋ। ਕੀ ਨਾਮ ਹੈ? ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਕਿਹੜਾ ਪਿੰਡ? ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਜੀ। ਬਈ ਜੀ, ਆਹ ਪ੍ਰੋਜੈਕਟ ਲਾ ਰਹੇ ਹੋ ਜਿਹੜਾ ਪਲਾਸਟਿਕ ਵੇਸਟ ਸਟੋਰ ਕਰਕੇ, ਇਹ ਕੀ? ਇਹ ਸਰਕਾਰ ਵੱਲੋਂ ਲੱਗ ਰਿਹਾ ਜੀ, ਇਹ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਹੈਗੀ ਇੱਥੋਂ। ਮੰਨ ਲਓ ਜਿਹੜੇ ਆਪਣਾ ਕੋਈ ਪਲਾਸਟਿਕ ਦੀ ਵੇਸਟ ਜੋ ਹੋ ਜਾਂਦੀ, ਵੇਸਟ ਹੈਗਾ, ਮੰਨ ਲਓ ਬੋਤਲਾਂ ਹੋ ਗਈਆਂ, ਲਿਫਾਫੇ ਹੋ ਗਏ, ਹੋਰ ਜਿੰਨੇ ਵੀ ਪ੍ਰਕਾਰ ਦਾ ਮੰਨ ਲਓ ਪਲਾਸਟਿਕ ਆ, ਉਹਨੂੰ ਮੰਨ ਲਓ ਰੀਸਾਈਕਲ ਕਰਕੇ, ਮੰਨ ਲਓ ਇਹਦਾ ਟਾਈ ਅਪ ਹੋਣਾ ਗਾ 52 ਸੀਮੈਂਟ ਕੰਪਨੀ ਨਾਲ, ਇਹ ਉਹਨਾਂ ਨੂੰ ਭੇਜਿਆ ਜਾਣਾ ਗਾ। ਅੱਛਾ, ਇਹ ਤੁਹਾਡੇ ਵੱਲੋਂ ਕਿਵੇਂ ਸਰਕਾਰ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ, ਕਿਵੇਂ ਤੁਸੀਂ ਕਰ ਰਹੇ ਹੋ ਪਿੰਡ ਲੈਵਲ? ਨਹੀਂ, ਇਹ ਸਰਕਾਰ ਬਣੀ ਹੋਈ ਹੈ ਜੀ, ਇਹ ਪੰਚਾਇਤ ਇਹਦੇ ਸਾਰੇ ਦੇਖ ਰੇਖ ਕਰ ਰਹੀ ਹੈ ਜੀ। ਅਤੇ ਜਿਹੜਾ ਇਹ ਪਲਾਸਟਿਕ ਇਕੱਠਾ ਹੋਇਆ ਗਾ, ਇਹ ਸਵਰਗਵਾਸੀ ਸਰਦਾਰ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ, ਅਤੇ ਉਹ ਉਹਨਾਂ ਦੇ ਉਪਰਾਲੇ ਸਦਕਾ, ਅਤੇ ਇਹ ਸੰਮਤੀ ਮੰਨ ਲਓ ਤੁਸੀਂ ਜਿਹੜਾ ਕੋਈ ਘਰਾਂ 'ਚ ਆਪਣੇ ਵੇਸਟ ਪਲਾਸਟਿਕ ਹੁੰਦਾ ਉਹ ਲੈ ਕੇ ਆਓ ਅਤੇ ਉਸਦੇ ਬਦਲੇ ਗੁੜ ਲੈ ਜਾਓ, ਇਹ ਉਪਰਾਲਾ ਕੀਤਾ ਗਾ। ਹਾਂਜੀ, ਕਿੰਨਾ ਕੁ ਪਲਾਸਟਿਕ ਲੈ ਕੇ ਆਉਣਾ, ਕਿੰਨਾ ਗੁੜ ਦੇ? ਨਹੀਂ, ਜਿੰਨਾ ਮਰਜ਼ੀ ਜੀ, ਜਿੰਨਾ ਮਰਜ਼ੀ ਲਿਆਓ ਗੁੜ, ਆਪਣੇ ਪਲਾਸਟਿਕ ਉਨਾ ਹੀ ਗੁੜ ਲੈ ਜਾਓ। ਗੁੜੀ ਦੇ ਰਹੇ ਹੋ ਨਾਲ ਕੁਛ ਹੋਰ ਵੀ ਕੋਈ? ਨਹੀਂ, ਗੁੜ ਜੀ, ਗੁੜ। ਹਾਂਜੀ, ਪਹਿਲਾਂ ਕੁਛ ਹੋਰ ਦੇ ਰਹੇ? ਪਹਿਲਾਂ ਅਸੀਂ ਜਦੋਂ ਪਹਿਲੀ ਵਾਰ ਸਟਾਰਟਿੰਗ ਕੀਤੀ ਹੈ 2 ਸਾਲ ਪਹਿਲਾਂ, ਉਦੋਂ ਅਸੀਂ ਖੰਡ ਦੇ ਰਹੇ ਸੀ, ਅਤੇ ਉਸ ਤੋਂ ਬਾਅਦ ਸਾਨੂੰ ਕਿਸੇ ਸੱਜਣ ਨੇ ਕਿਹਾ ਵੀ ਖੰਡ ਵੀ ਸਿਹਤ ਲਈ ਹਾਨੀਕਾਰਕ ਹੈ, ਵੀ ਤੁਸੀਂ ਉਹਦੀ ਥਾਂ 'ਤੇ ਗੁੜ ਦੀ ਉਹ ਕਰੋ। ਹਾਂਜੀ, ਦਿਆ ਕਰੋ। ਇਹ ਮੰਨ ਲਓ ਜੀ ਪਹਿਲੀ ਵਾਰ ਅਸੀਂ 4 ਕੁਇੰਟਲ ਦੇ ਲਗਭਗ ਦਿੱਤਾ ਸੀਗਾ ਜੀ, ਅਤੇ ਦੂਸਰੀ ਵਾਰ ਵੀ 2-3 ਕੁਇੰਟਲ, ਅਤੇ ਅੱਜ ਪਲਾਸਟਿਕ ਡੇ 'ਤੇ ਵੀ ਅਸੀਂ ਮਤਲਬ 3-4 ਕੁਇੰਟਲ ਵੰਡ ਚੁੱਕੇ ਹਾਂ ਜੀ। ਆਪਦੇ ਲੈਵਲ 'ਤੇ ਕਰ ਰਹੇ ਹੋ ਕਿ ਇਹ ਵੀ ਸਰਕਾਰ ਵੱਲੋਂ? ਨਹੀਂ, ਇਹ ਸਰਕਾਰ ਵੱਲੋਂ ਨਹੀਂ ਜੀ, ਇਹ ਸਾਡੀ ਜਿਹੜੀ ਸਾਡੇ ਗੁਰਮੀਤ ਸਿੰਘ ਮਾਨ ਆ ਜੀ, ਉਹਨਾਂ ਦੀ ਜਿਹੜੀ ਰਹਿਮਨ ਨਵਾਜ਼ ਹੇਠ ਸੰਸਥਾ ਚੱਲਦੀ ਸਰਦਾਰ ਗੁਰਬਚਨ ਸਿੰਘ ਸੇਵਾ ਸੰਮਤੀ, ਉਹਦੇ ਥਰੂ ਹੁੰਦਾ ਜੀ। ਕਿੰਨੇ ਟਾਈਮ ਤੋਂ ਦੇ ਰਹੇ ਹੋ ਸਰ ਇਹ ਪਲਾਸਟਿਕ? ਇਹ 2.5-2 ਸਾਲ ਹੋ ਗਏ ਜੀ। ਹਾਂਜੀ,